ਜੀ ਨੂੰ ਪਹਿਲਾਂ ਉਹਨਾਂ ਦਾ ਧੰਨਵਾਦ ਕਰਨ ਆਏ ਸੀ ਕਿ ਉਹਨਾਂ ਨੇ 550 ਸਾਲਾਂ ਦੇ ਉੱਤੇ ਪੰਜਾਬ ਨੂੰ ਦੂਸਰੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਜਿਹੜੀ ਆਫਰ ਕੀਤੀ ਆ, ਲੇਕਿਨ ਨਾਲ ਦੀ ਨਾਲ ਹੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬਾਨ ਦੀ ਸਟੇਟਮੈਂਟ ਆਈ ਸੀ ਕਿ ਇਹ ਜਿਹੜੀ ਦੂਸਰੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਮਿਲਣ ਜਾ ਰਹੀ ਹੈ ਪੰਜਾਬ ਨੂੰ, ਉਹ ਜਲੰਧਰ ਜਾਂ ਲੁਧਿਆਣੇ 'ਚ ਕਿਤੇ ਲਗਾਵਾਂਗੇ। ਸਾਡੀ ਇਹ ਮੰਗ ਆ ਕੇਂਦਰ ਸਰਕਾਰ ਵੱਲੋਂ ਵੀ ਔਰ ਪੰਜਾਬ ਸਰਕਾਰ ਵੱਲੋਂ ਵੀ ਕਿ ਇਹ 550 ਸਾਲਾਂ ਦੇ ਉੱਤੇ ਦਿੱਤੀ ਗਈ ਹੈ, ਔਰ ਇਸ ਲਈ ਕਿਉਂਕਿ 550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਾ ਪਰਵ ਮਨਾਇਆ ਜਾ ਰਿਹਾ, ਜਨਮ ਸ਼ਤਾਬਦੀ ਦਾ ਪਰਵ ਮਨਾਇਆ ਜਾ ਰਿਹਾ, ਉਹ ਕਪੂਰਥਲਾ ਸੁਲਤਾਨਪੁਰ ਦੇ ਵਿੱਚ ਮਨਾਇਆ ਜਾ ਰਿਹਾ। ਇਹ ਏਮਸ ਜਿਹੜੀ ਆ ਇਹ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਹੀ ਸੁਲਤਾਨਪੁਰ ਦੇ ਨਜ਼ਦੀਕ ਕਪੂਰਥਲਾ ਦੇ ਨਜ਼ਦੀਕ ਹੀ ਹੋਣੀ ਚਾਹੀਦੀ ਹੈ। ਦੂਸਰੀ ਸਾਡੀ ਇਹ ਮੰਗ ਹੈ ਕਿ ਜਦੋਂ 2014 'ਚ ਪਹਿਲੀ ਪੰਜਾਬ ਦੇ ਵਿੱਚ ਆਲ ਇੰਡੀਆ ਇੰਸਟੀਚਿਊਟ ਆਈ ਸੀ ਮੈਡੀਕਲ ਸਾਇੰਸਿਸ ਦੀ, ਤਾਂ ਉਸ ਵੇਲੇ ਵੀ ਮਾਂਗੜ ਸਾਹਿਬ ਡਿਪਟੀ ਕਮਿਸ਼ਨਰ ਕਪੂਰਥਲਾ ਸੀ, ਉਹਨਾਂ ਨੇ ਰਮੀਦੀ ਦੇ ਕੋਲ 300 ਕਿੱਲੇ ਦੇ ਕਰੀਬ ਜ਼ਮੀਨ ਦਾ ਇੱਕ ਪ੍ਰੋਜੈਕਟ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਆਪਣੇ ਤੌਰ 'ਤੇ ਦਿੱਤੀ ਸੀ, ਜਿਹਦਾ ਸਰਵੇ ਵੀ ਹੋਇਆ ਸੀ ਕਿ ਸਾਡੇ ਕੋਲ ਇਹ ਜਗ੍ਹਾ ਵੀ ਹੈ, ਹਾਈਵੇ ਦੇ ਉੱਤੇ ਹੈ, ਕਪੂਰਥਲਾ ਜ਼ਿਲ੍ਹਾ ਦੇ ਵਿੱਚ ਹੈ। ਦੂਸਰੀ ਮੰਗ ਸਾਡੀ ਇਹ ਸੀ ਕਿ ਕਪੂਰਥਲੇ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਐਡਵਾਂਸਡ ਮੈਡੀਕਲ ਫੈਸਿਲਿਟੀਜ਼ ਨਹੀਂ ਹੈਗੀਆਂ, ਕਪੂਰਥਲਾ ਜ਼ਿਲ੍ਹੇ ਦੇ ਵਿੱਚ ਹੀ ਨਹੀਂ ਹੈਗੀਆਂ। ਕੋਈ ਵੀ ਐਮਰਜੈਂਸੀ ਆਉਂਦੀ ਕਿਸੇ ਵੀ ਪੇਸ਼ੈਂਟ ਨੂੰ ਜਲੰਧਰ ਜਾਂ ਲੁਧਿਆਣੇ ਦੌੜਨਾ ਪੈਂਦਾ, ਔਰ ਬਹੁਤ ਸਾਰੀਆਂ ਮਤਲਬ ਐਸੇ ਕੇਸਿਸ ਆਉਂਦੇ ਆ ਕਿ ਜਲੰਧਰ ਤੱਕ ਜਾਂ ਲੁਧਿਆਣੇ ਤੱਕ ਪਹੁੰਚਦੇ ਪੇਸ਼ੈਂਟਸ ਦੀ ਰਸਤੇ ਦੇ ਵਿੱਚ ਹੀ ਮ੍ਰਿਤੂ ਵੀ ਹੋ ਜਾਂਦੀ ਹੈ। ਇੱਕ ਨਹੀਂ, ਮਹੀਨੇ ਦੇ ਵਿੱਚ 5-7-10 ਐਸੇ ਕੇਸ ਕਪੂਰਥਲਾ ਜ਼ਿਲ੍ਹੇ ਦੇ ਵਿੱਚੋਂ ਵਾਪਰਦੇ ਆ। ਸਾਡੀ ਇਹ ਮੰਗ ਆ ਡੀ ਸੀ ਸਾਹਿਬ ਦੇ ਥਰੂ ਅਸੀਂ ਡਾਕਟਰ ਹਰਸ਼ ਵਰਧਨ ਯੂਨੀਅਨ ਹੈਲਥ ਮਿਨਿਸਟਰ ਨੂੰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਔਰ ਪੰਜਾਬ ਦੇ ਗਵਰਨਰ ਨੂੰ ਇਹ ਵੀ ਪੀ ਸਿੰਘ ਬਿਧਨੌਰ ਜੀ ਨੂੰ ਇਹ ਮੰਗ ਪੱਤਰ ਭੇਜਿਆ ਕਿ ਜਿਹੜੀ 2014 ਦੇ ਵਿੱਚ ਪ੍ਰੋਜੈਕਟ ਰਿਪੋਰਟ ਬਣਾਈ ਗਈ ਸੀ ਡਿਪਟੀ ਕਮਿਸ਼ਨਰ ਸਾਹਿਬਾਨ ਵੱਲੋਂ ਉਹਦੇ 'ਤੇ ਇੰਪਲੀਮੈਂਟ ਕੀਤਾ ਜਾਵੇ, ਅਮਲ ਕੀਤਾ ਜਾਵੇ। ਕਪੂਰਥਲੇ ਜ਼ਿਲ੍ਹੇ ਦੇ ਹਦੂਦ ਦੇ ਵਿੱਚ ਹੀ ਇਹ ਜਿਹੜੀ ਢਿਲਵਾਂ ਦੇ ਨੇੜੇ ਨਜ਼ਦੀਕ ਹਾਈਵੇ ਦੇ ਉੱਤੇ ਜ਼ਮੀਨ ਪਈ ਆ, ਉਹਦੇ ਉੱਤੇ ਹੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦਾ ਸਥਾਪਨਾ ਕੀਤੀ ਜਾਵੇ। ਕਪੂਰਥਲੇ ਜ਼ਿਲ੍ਹੇ ਦੇ ਅੰਦਰ ਸੁਲਤਾਨਪੁਰ ਲਈਏ, ਅਸੀਂ ਤਲਵੰਡੀ ਲਈਏ, ਬੇਗੋਵਾਲ ਲਈਏ, ਨਕੋਦਰ ਕੀ ਨਾਮ ਹੈ ਭਲੱਥ ਲਈਏ, ਇੱਥੇ ਕੋਈ ਵੀ ਮੈਡੀਕਲ ਫੈਸਿਲਿਟੀਜ਼ ਨਹੀਂ ਹੈਗੀਆਂ। ਰਾਤ ਬਰਾਤੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਜਲੰਧਰ ਤੱਕ ਦੌੜਦਿਆਂ ਡੇਢ ਘੰਟਾ ਲੱਗਦਾ, ਲੁਧਿਆਣੇ ਤੱਕ ਦੌੜਦਿਆਂ ਡੇਢ ਘੰਟਾ ਲੱਗਦਾ। ਰਾਤ ਨੂੰ ਕਿਸੇ ਨੂੰ ਕੋਈ ਜ਼ਿਆਦਾ ਬੁਖਾਰ ਵੀ ਹੋ ਜਾਂਦਾ, ਅਤੇ ਕਪੂਰਥਲੇ ਦੇ ਵਿੱਚ ਕੋਈ ਐਸੀ ਮੈਡੀਕਲ ਫੈਸਿਲਿਟੀ ਨਹੀਂ ਹੈਗੀ ਕਿ ਡਾਕਟਰ ਉਹਨੂੰ ਟ੍ਰੀਟ ਕਰ ਸਕੇ। ਇਹ ਇੰਸਟੀਚਿਊਟ ਇੱਥੇ ਹੀ ਆਉਣੀ ਚਾਹੀਦੀ ਹੈ, ਸਾਡੀ ਇਹ ਮੰਗ ਆ। ਮੇਰੇ ਨਾਲ ਸਾਰੇ ਹੀ ਅਲੱਗ ਅਲੱਗ ਸੰਸਥਾਵਾਂ ਤੋਂ ਲੋਕ ਆਏ ਨੇ, ਰਾਕੇਸ਼ ਚੋਪੜਾ ਜੀ ਨੇ, ਮੇਰੇ ਨਾਲ ਸ਼ਾਮ ਸੁੰਦਰ ਅਗਰਵਾਲ ਜੀ ਸਾਬਕਾ ਜ਼ਿਲ੍ਹਾ ਪ੍ਰਧਾਨ ਔਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰਨੀ ਦੇ ਪ੍ਰਦੇਸ਼ ਦੇ ਸਦੱਸਯ ਨੇ, ਮੇਰੇ ਨਾਲ ਮਨੂ ਧੀਰ ਜੀ ਨੇ, ਮੇਰੇ ਨਾਲ ਸੁਭਾਸ਼ ਚੰਦਰ ਮੁਕਤੰਦੇ ਜੀ ਸਨਾਤਨ ਧਰਮ ਸਭਾ ਦੇ ਵਿੱਚ ਨੇ, ਮੇਰੇ ਨਾਲ ਮਠਾਰੂ ਸਾਹਿਬ ਨੇ, ਮੇਰੇ ਨਾਲ ਸਾਰੇ ਲੋਕ ਤੁਸੀਂ ਦੇਖ ਰਹੇ ਹੋ, ਪੂਰੀ ਦੀ ਪੂਰੀ ਕਮਿਊਨਿਟੀ ਜਿਹੜੀ ਆ ਉਹ ਸ਼ਹਿਰ ਦੀ ਇਸ ਚੰਗੇ ਕਾਜ਼ ਵਾਸਤੇ, ਚੰਗੀ ਮੰਗ ਵਾਸਤੇ ਡੀ ਸਾਹਿਬ ਨੂੰ ਮੰਗ ਪੱਤਰ ਅਸੀਂ ਭੇਜਿਆ, ਔਰ ਡੀ ਸੀ ਸਾਹਿਬ ਨੇ ਵੀ ਬੜਾ ਵੱਡਾ ਆਸ਼ਵਾਸਨ ਦਿੱਤਾ ਕਿ ਸ਼ਾਰਦਾ ਸਾਹਿਬ ਜਿਹੜੀ ਗੱਲ ਤੁਸੀਂ ਲੈ ਕੇ ਆਏ ਹੋ ਕਰਨ ਮੇਰੇ ਨਾਲ, ਮੈਂ ਆਲਰੇਡੀ ਹੀ ਉਸ ਪ੍ਰੋਜੈਕਟ 'ਤੇ ਕੰਮ ਕਰ ਰਿਹਾ, ਮੈਂ ਜ਼ਮੀਨ ਦਾ ਸਰਵੇ ਵੀ ਕਰ ਲਿਆ, ਮੈਂ ਨਕਸ਼ੇ ਵੀ ਕਢਾ ਲਏ ਆ, ਔਰ ਡੀ ਸਾਹਿਬ ਨੇ ਸਾਨੂੰ ਬੜਾ ਵੱਡਾ ਆਸ਼ਵਾਸਨ ਦਿੱਤਾ ਕਿ ਜੇ ਪੰਜਾਬ ਔਰ ਕੇਂਦਰ ਸਰਕਾਰ, ਜਿੱਥੋਂ ਤੱਕ ਕੇਂਦਰ ਸਰਕਾਰ ਦੀ ਗੱਲ ਹੈ, ਅਸੀਂ ਡਾਕਟਰ ਹਰਸ਼ਵਰਧਨ ਦੇ ਕੋਲ ਆਪਣੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਜੀ ਦੇ ਨਾਲ ਇੱਕ ਜੱਥਾ ਲੈ ਕੇ ਜਾਵਾਂਗੇ, ਉਹਨਾਂ ਕੋਲ ਜਾ ਕੇ ਆਪਣੀ ਮੰਗ ਰੱਖਾਂਗੇ, ਔਰ ਕੈਪਟਨ ਸਰਕਾਰ ਜਿਹੜੀ ਪੰਜਾਬ ਦੇ ਅੰਦਰ ਹੈ ਉਹਨਾਂ ਨੂੰ ਵੀ ਇਹ ਗੱਲ ਸਾਨੂੰ ਸਾਡੀ ਸੁਣਨੀ ਪੈਗੀ ਕਿ ਅਗਰ ਕੇਂਦਰ ਵੀ ਇੱਥੇ ਲਾਉਣ ਲਈ ਤਿਆਰ ਆ ਤਾਂ ਉਹਨਾਂ ਨੂੰ ਐਡਾਮੈਂਟ ਨਹੀਂ ਹੋਣਾ ਚਾਹੀਦਾ ਕਿ ਜਲੰਧਰ ਹੀ ਲੱਗਣੀ ਹੈ ਜਾਂ ਲੁਧਿਆਣੇ ਹੀ ਲੱਗਣੀ ਹੈ। ਜਲੰਧਰ ਲੁਧਿਆਣਾ ਚ ਵੀ ਐਸੇ ਹੀ ਲੋਕ ਵੱਸਦੇ ਆ ਜਿੱਦਾਂ ਦੇ ਕਪੂਰਥਲੇ 'ਚ ਵੱਸਦੇ ਆ, ਕਪੂਰਥਲੇ ਲੋਕਾਂ ਦੇ ਵੀ ਤਰਸਖਾਨ, ਕਪੂਰਥਲੇ ਜ਼ਿਲ੍ਹੇ ਦੇ ਲੋਕਾਂ ਦੇ ਵੀ ਤਰਸਖਾਨ, ਔਰ ਇਹ ਜਿਹੜੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਬਣਨ ਜਾ ਰਹੀ ਹੈ ਇਹ ਕਪੂਰਥਲੇ ਦੇ ਵਿੱਚ ਹੀ ਲਗਾਈ ਜਾਵੇ। ਬਹੁਤ ਬਹੁਤ